ਸੌਣ ਦਾ ਮਹੀਨਾ ਐਤਵਾਰ ਦਿਨ ਮਹਾਰਾਜ ਪੰਜਵੀਂ ਪਾਤਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਬਾਰਾਂ ਮਾਹ, ਬਾਰਾਂ ਮਾਹ ਦਾ ਮਕਸਦ ਹੈ ਕਿ ਬਾਰਾਂ ਮਹੀਨੇ ਬਾਰਾਂ ਮੌਸਮ ਇਹ ਬੰਦੇ ਦੇ ਕਰਦੇ ਆ। ਸੰਤ ਜਦ ਜਦ ਵੀ ਦੁਨੀਆਂ 'ਤੇ ਆਉਂਦੇ ਆ ਉਹ ਮੌਸਮ ਦੇ ਮੁਤਾਬਕ ਜੈਸਾ ਵਕਤ ਹੁੰਦਾ ਐਸਾ ਪਾਣੀ 'ਚ ਡੋਲ ਦਿੰਦੇ ਆ। ਇਹ ਬੜਾ ਮਹੀਨਾ ਬੜਾ ਅੱਛਾ ਹੈ, ਸਾਵਣ ਦਾ ਮਹੀਨਾ, ਹਰੇ ਭਰੇ ਫਸਲ ਔਰ ਬਾਹਰ ਕੁਦਰਤ ਬੂੰਦੋ ਬਾਂਦੀ ਬਾਰੇ ਭੇਜੇ ਠੰਡ ਵਰਤਾਉਂਦੇ ਆ, ਹਰ ਇੱਕ ਚੀਜ਼ ਨੂੰ ਦਰਖਤਾਂ ਨੂੰ ਵੀ ਠੰਡ ਵਰਤਾਉਂਦੇ ਆ, ਪਸ਼ੂਆਂ ਨੂੰ ਵੀ ਫਾਇਦਾ ਮਿਲਦਾ ਹੈ, ਕੀੜਿਆਂ ਨੂੰ ਗੋੜਿਆਂ ਨੂੰ ਫਾਇਦਾ ਮਿਲਦਾ ਹੈ, ਪਰਿੰਦਿਆਂ ਨੂੰ ਫਾਇਦਾ ਮਿਲਦਾ ਹੈ। ਇਹ ਮਹੀਨਾ ਬੜਾ ਅੱਛਾ ਹੈ, ਇਹ ਮਹੀਨਾ ਮਨੁੱਖਾ ਜਨਮ ਹੈ। ਅਸੀਂ ਬਾਹਰ ਦੇਖਦੇ ਹਾਂ ਜਿਹਨਾਂ ਦੀ ਕੋਈ ਮਰਿਆਦ ਨਹੀਂ, ਫੁਲਵਾੜੀ ਨੂੰ ਫੁੱਲ ਪੈਂਦੇ ਆ, ਤਿੰਨ ਚਾਰ ਦਿਨ ਰਹਿੰਦੇ ਆ, ਅਗਰ ਉਹਨਾਂ ਨੂੰ ਅਸੀਂ ਦੇਖਣ ਵਾਸਤੇ ਜਾਂਦੇ ਹਾਂ ਆਪਣੀ ਇਸ ਰੂਹ ਨੂੰ ਖੁਸ਼ ਕਰਨ ਵਾਸਤੇ ਬਾਗ ਬਗੀਚਿਆਂ ਦੇ ਵਿੱਚ ਉਹ ਫੁਲਵਾੜੀ ਦੇਖਣ ਵਾਸਤੇ ਅਸੀਂ ਜਾਂਦੇ ਹਾਂ। ਇਸੇ ਤਰ੍ਹਾਂ ਹੀ 84 ਦੇ ਵਿੱਚੋਂ ਇਹ ਮਨੁੱਖਾ ਜਨਮ ਜਿਹੜਾ ਇਹ ਇੱਕ ਬਗੀਚਾ ਹੈ, ਇਸ ਨੂੰ ਦੇਖ ਕੇ ਸਾਨੂੰ ਉਸੇ ਤਰ੍ਹਾਂ ਖੁਸ਼ ਹੋਣਾ ਚਾਹੀਦਾ ਕਿ ਜਿਸ ਤਰ੍ਹਾਂ ਅਸੀਂ ਬਾਗ ਬਗੀਚਿਆਂ ਵਿੱਚ ਜਾ ਕੇ ਆਪਣੇ ਮਨ ਦੀ ਖੁਸ਼ੀ ਕਰਦੇ ਹਾਂ। ਬਹੁਤ ਸਾਰੇ ਲੋਕ ਘਰੋਂ ਖਾਣੇ ਬਣਾ ਕੇ ਬਾਗਾਂ 'ਚ ਜਾ ਕੇ ਖਾਣੇ ਖਾਂਦੇ ਆ, ਘਾਸ ਬੂਟ 'ਤੇ ਬਹਿ ਕੇ ਕੁਰਸੀਆਂ ਛੱਡ ਦਿੰਦੇ, ਮੇਜ਼ ਛੱਡ ਦਿੰਦੇ, ਘਾਹ ਬੂਟ 'ਤੇ ਬੈਠ ਕੇ ਖਾਣਾ ਖਾਂਦੇ, ਬੜੇ ਖੁਸ਼ ਹੁੰਦੇ। ਉਹ ਫੁਲਵਾੜੀ ਹਰ ਇੱਕ ਨੂੰ ਖੁਸ਼ ਕਰਦੀ ਹੈ, ਲੇਕਿਨ ਉਹਦੀ ਮਨਿਆਦ ਦੇਖੋ ਕਿਤਨੀ ਹੈ। ਚਾਰ ਦਿਨ ਸਿਰਫ ਹੁੰਦੇ ਆ, ਫਿਰ ਡਿੱਗ ਪੈਂਦੇ ਆ, ਖੁਸ਼ੀ ਹੁੰਦੀ ਸੁੱਕ ਜਾਂਦੇ ਆ। ਉਹਨਾਂ ਦੇ ਵਿੱਚ ਵੀ ਬੜਾ ਫਰਕ ਹੈ, ਜਿਹੜੇ ਫੁੱਲ ਕਿਸੇ ਧਾਗੇ 'ਚ ਪਰੋਏ ਗਏ ਉਹ ਕਿਸੇ ਮਹਾਂਪੁਰਖਾਂ ਦੇ, ਰਿਸ਼ੀਆਂ ਮੁਨੀਆਂ ਦੇ, ਦੇਵਤਿਆਂ ਦੇ ਅਸਥਾਨ 'ਤੇ ਪਹੁੰਚ ਗਏ।
ਜਿਹੜੇ ਜ਼ਮੀਨ ਤੇ ਡਿੱਗ ਪਿਆ ਉਹਨਾਂ ਦਾ ਕੋਈ ਮੁੱਲ ਨਹੀਂ, ਕੋਈ ਉਹਨਾਂ ਦੀ ਸ਼ੋਭਾ ਨਹੀਂ। ਦੇ ਸਕੋ ਕਿ ਸੁਰੱਖ ਸੁੱਕ ਜਾਣੇ ਆ, ਲੇਕਿਨ ਦੇਖਣਾ ਕਿ ਪਹੁੰਚੇ ਕਿੱਥੇ ਆ, ਪਹੁੰਚੇ ਤਦ ਨੇ ਕਿ ਉਹ ਧਾਗੇ ਦੇ ਵਿੱਚ ਪਰੋਏ ਗਏ। ਇਸ ਤਰ੍ਹਾਂ ਅਸੀਂ ਵੀ ਨਾਮ ਦੇ ਧਾਗੇ ਵਿੱਚ ਪਰੋਈ ਜਾਈਏ ਤੇ ਇੱਕ ਦਿਨ ਜ਼ਰੂਰ ਉਸ ਭਗਵਾਨ ਦੇ ਮੰਦਰ ਵਿੱਚ ਉਹਦੇ ਸਥਾਨ ਚ ਜਿਸ ਸਮੁੰਦਰ ਚੋਂ ਅਸੀਂ ਆਏ, ਇੱਕ ਦਿਨ ਅਸੀਂ ਉਸ ਸਮੁੰਦਰ ਚ ਪਹੁੰਚ ਜਾਵਾਂਗੇ। ਜਿਹੜੇ ਫੁੱਲ ਰਹਿ ਜਾਂਦੇ ਆ ਧਾਗੇ ਚ ਨਹੀਂ ਪਰੋਏ ਜਾਂਦੇ, ਉਹ ਸੁੱਕ ਜਾਂਦੇ ਆ, ਸੜ ਜਾਂਦੇ ਆ, ਕੋਈ ਉਹਨਾਂ ਦਾ ਕਦਰ ਨਹੀਂ ਹੁੰਦਾ। ਇਸ ਤਰ੍ਹਾਂ ਸਾਨੂੰ ਵੀ ਚਾਹੀਦਾ ਕਿ ਨਾਮ ਦੇ ਧਾਗੇ ਵਿੱਚ ਪਰੋਏ ਰਹਿਣਾ ਚਾਹੀਦਾ, ਕਦੇ ਵੀ ਸਤਿਗੁਰ ਦਾ ਵਿਸ਼ਵਾਸ ਨਹੀਂ ਛੱਡਣਾ, ਕਦੇ ਸਤਿਗੁਰ ਦੇ ਜਿੱਥੇ ਚਰਨ ਡਿੱਗੇ ਹੋਣ, ਜਿੱਥੇ ਉਹਨਾਂ ਨੇ ਤਪੱਸਿਆ ਕੀਤੀ ਹੋਵੇ, ਕਦੇ ਵੀ ਉਸ ਜਗ੍ਹਾ ਨੂੰ ਵਿਸਾਰਨਾ ਨਹੀਂ ਚਾਹੀਦਾ। ਅਸੀਂ ਉਸ ਧਾਗੇ 'ਚ ਪਰੋਏ ਰਹਾਂਗੇ। ਕਈ ਵਾਰ ਗੱਡੀ ਦੀ ਮਿਸਾਲ ਦਿੱਤੀ ਹੈ ਕਿ ਗੱਡੀ ਦਾ ਇੰਜਣ ਇੱਕੋ ਹੀ ਹੁੰਦਾ, ਹਰ ਡੱਬੇ ਦੇ ਨਾਲ ਇੰਜਣ ਨਹੀਂ ਹੁੰਦਾ, ਲੇਕਿਨ ਜਿਹਨਾਂ ਦੇ ਕੁੰਡੇ ਫਸੇ ਰਹਿੰਦੇ ਆ ਉਹ ਡੱਬੇ ਵੀ ਉੱਥੇ ਪਹੁੰਚ ਜਾਂਦੇ ਜਿੱਥੇ ਇੰਜਣ ਪਹੁੰਚ ਜਾ। ਜਿਹੜੇ ਕੁੰਡੇ ਨਿਕਲ ਜਾਂਦੇ ਆ ਉਹ ਕਿਤੇ ਨਹੀਂ ਪਹੁੰਚਦੇ, ਉਹ ਨੁਕਸਾਨਬੰਦ, ਉਹ ਆਪਣਾ ਵੀ ਨੁਕਸਾਨ ਕਰਦੇ ਆ ਔਰ ਕਈਆਂ ਦਾ ਕਰਦੇ ਆ। ਇਸੇ ਤਰ੍ਹਾਂ ਕਿਸੇ ਮਨਮੁੱਖ ਦੀ ਗੱਲ ਸੁਣਨੀ ਨਹੀਂ, ਉਸ ਕੁੰਡੇ ਦੇ ਵਿੱਚ ਫਸੇ ਰਹਿਣਾ ਚਾਹੀਦਾ। ਇਹ ਫਰੀਦ ਦੀ ਮਾਂ ਨੇ ਕਿਹਾ ਸੀ, ਬਾਬੇ ਫਰੀਦ ਦੀ ਮਾਂ ਨੇ ਕਿਹਾ, ਬੇਟਾ ਸੱਜਣ ਆਣ ਭਲਾਉਂਦੇ ਪੀਰ ਬਖਸ਼ਾ, ਸਾਡਾ ਦੇਖਣਾ ਉਸਦਾ ਰਾਹ ਹੋਵੇਗਾ। ਬਹੁਤ ਸਾਰੇ ਲੋਕ ਸੱਜਣ ਬਣ ਕੇ ਪਰਮਾਰਥ ਵਿੱਚੋਂ ਕਈ ਰੁਕਾਵਟਾਂ ਪਾਉਂਦੇ ਹੈਗੇ ਤੇ ਕਈ ਇੱਕ ਦੂਸਰੇ ਦੇ ਫੁਰਨੇ ਪਾਉਂਦੇ ਆ ਪਰਮਾਰਥ ਦੇ ਵਿੱਚੋਂ ਧਾਣ ਵਾਸਤੇ। ਪਰ ਬਾਬੇ ਫਰੀਦ ਦੀ ਮਾਂ ਨੇ ਕਿਹਾ ਇਹ ਸੱਜਣ ਆਣ ਭਲਾਉਂਦੇ ਪੀਰ ਬਖਸ਼ਾ, ਸਾਡਾ ਦੇਖਣਾ ਉਸਦਾ ਰਾਹ ਦੇਗਾ, ਸਦਾ ਵਾਸਤੇ ਉਸਦਾ ਰਾਹ ਦੇਖਦੇ ਰਹਿਣਾ, ਕਿੱਧਰੋਂ ਆ ਰਿਹਾ, ਕਦੋਂ ਆਏਗਾ, ਕਿਹੜੇ ਵੇਲੇ ਆਏਗਾ, ਦਿਨੇ ਆਏਗਾ, ਰਾਤੀ ਆਏਗਾ, ਸਾਡਾ ਧਿਆਨ ਰਹਿਣਾ ਚਾਹੀਦਾ ਤੇ ਭਜਨ ਕਰਦੇ ਰਹਿਣਾ ਚਾਹੀਦਾ ਔਰ ਨੇਕ ਪਾ ਕੰਮ ਕਰਨੇ
ਕਿਸੇ ਹੱਥੇ ਲੱਗ ਕੇ ਆਪਣਾ ਕੰਮ ਚੰਗਾ ਜਿਹੜਾ ਛੱਡਣਾ ਨਹੀਂ, ਉਹ ਕਰਦੇ ਰਹਿਣਾ ਚਾਹੀਦਾ। ਅੱਜ ਦਾ ਮਹੀਨਾ ਜਿਹੜਾ ਹੈ ਸਾਵਣ ਦਾ ਮਹੀਨਾ, ਐਤਵਾਰ ਦਿਨ ਮਹਾਰਾਜ ਪੰਜਵੀਂ ਪਾਤਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਬਾਰਾਂ ਮਾਂ ਦਾ ਮਕਸਦ ਹੈ ਕਿ ਬਾਰਾਂ ਮਹੀਨੇ ਬਾਰਾਂ ਮੌਸਮ ਉਹ ਸਾਡੇ ਤੇ ਹੀ ਘਟਦੇ ਆ। ਉਹ ਮਨੁੱਖ ਜਨਮ ਇਹ ਮਹੀਨਾ ਹੈਗਾ, ਔਰ ਇਸ ਮਨੁੱਖ ਜਨਮ ਦੇ ਵਰਗਾ ਮਹੀਨਾ ਕੋਈ ਨਹੀਂ ਹੈ। ਸਾਰੇ ਚੁਰਾਸੀ ਦੇਖੋ, ਬੜੇ ਬੜੇ ਜਾਨਵਰ, ਬੜੇ ਬੜੇ ਬੜੀ ਜੰਗਲਾਂ ਵਿੱਚ ਰਹਿੰਦੇ ਹੈ, ਲੇਕਿਨ ਮਨੁੱਖ ਜਨਮ ਦੇ ਨਾਲ ਨਹੀਂ ਮਿਲ ਸਕਦੇ। ਮਨੁੱਖ ਜਨਮ ਉਹਨਾਂ ਦੇ ਉੱਤੇ ਅਵਸਰ ਹੈ, ਮਨੁੱਖ ਜਨਮ ਉਸ ਨੂੰ ਫੜ ਸਕਦਾ ਹੈ, ਉਹ ਨਹੀਂ ਮਨੁੱਖ ਨੂੰ ਫੜ ਸਕਦਾ। ਇਸ ਵਾਸਤੇ ਸਾਡਾ ਪਿਆਰ ਜਿਹੜਾ ਬਣਿਆ ਰਹਿਣਾ ਚਾਹੀਦਾ, ਕਦੇ ਵੀ ਕਿਸੇ ਦੀ ਗੱਲ ਗਲਤ ਨਹੀਂ ਸੁਣਨੀ। ਬਾਬਾ ਜੀ ਦਾ ਇਹ ਸਾਰੇ ਜਾਣਦੇ ਹੀ ਹੈ ਕਿ ਉਹਨਾਂ ਜਿਹੜੀ ਇੱਥੇ ਤਪੱਸਿਆ ਕੀਤੀ ਹੈ, ਬੜੀ ਗੌਰ ਤਪੱਸਿਆ ਕੀਤੀ ਹੈ, ਗੱਲਾਂ ਬਾਤਾਂ ਦਾ ਮਜ਼ਬੂਤ ਨਹੀਂ ਹੈ, ਗੱਲਾਂ ਕਰਨ ਚ ਜਿਹੜੀਆਂ ਚਾਰੀ ਬੁਰੀਆਂ ਰੀਸਾਂ ਕਰਨ ਤਿੰਨਾਂ ਦੀਆਂ ਜੋ ਸੇਵਨ ਦਾਖਲ, ਉਹਨਾਂ ਨੇ ਗੱਲਾਂ ਨਹੀਂ ਕੀਤੀਆਂ, ਉਹਨਾਂ ਸਹੀ ਕੰਮ ਕੀਤਾ। ਭਜਨ ਕੀਤਾ ਜਿਹਨੂੰ ਭਜਨ ਕਹਿੰਦੇ ਆ। ਤੁਸੀਂ ਇਹ ਜਾਣਦੇ ਹੋ ਅੱਜ ਜਿਹੜੇ ਤੀਰਥ ਬਣੇ ਆ, ਕਦੇ ਨਾ ਕਦੇ ਉੱਥੇ ਕਿਸੇ ਰਿਸ਼ੀ ਮੁਨੀ ਨੇ, ਕਿਸੇ ਤਪੱਸੀ ਨੇ ਉੱਥੇ ਤਪੱਸਿਆ ਕੀਤੀ ਹੋਵੇ। ਅੱਜ ਤੱਕ ਉਹ ਮਿੱਟੀ ਜਿਹੜੀ ਹੈ ਉਸ ਨੂੰ ਵੀ ਅਸੀਂ ਲੋਕ ਪੂਜਦੇ ਹਾਂ, ਜਾ ਕੇ ਮੱਥੇ ਦੇਖਦੇ ਹਾਂ, ਜਾ ਕੇ ਆਪਣੇ ਕਈ ਅਸੀਂ ਉੱਥੇ ਮੰਗਾਂ ਪੂਰੀਆਂ ਕਰਦੇ ਹਾਂ। ਇੱਥੇ ਬਹੁਤ ਥੋੜ੍ਹੀ ਚਿਰ ਹੋਇਆ ਬਾਬਾ ਜੀ ਨੇ ਜਿਹੜੀ ਕਮਾਈ ਕੀਤੀ ਹੈ ਇਹ ਵਿਸਾਰਨ ਯੋਗ ਨਹੀਂ। ਸਾਡੀ ਜ਼ਿੰਦਗੀ ਚਲਾ ਜਾਏ ਤਾਂ ਚਲਾ ਜਾਏ, ਲੇਕਿਨ ਉਹਨਾਂ ਦਾ ਪਿਆਰ ਨਹੀਂ ਜਾਣਾ ਚਾਹੀਦਾ। ਪਿਆਰ ਮਿਲਦਾ ਨਹੀਂ, ਇੱਕ ਵਾਰ ਤਾਰ ਟੁੱਟ ਗਏ ਮੁੜ ਕੇ ਗੰਢਣਾ ਬੜੀ ਔਖੀ ਹੈ। ਹੁਣ ਐਤਵਾਰ ਦਾ ਦਿਨ, ਸਾਵਣ ਦਾ ਮਹੀਨਾ, ਮਹਾਰਾਜ ਪੰਜਵੀਂ ਪਾਤਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਬਾਰਾਂ, ਸਾਨੂੰ ਬਾਣੀ 'ਤੇ ਵੀ ਵਿਸ਼ਵਾਸ ਰੱਖਣਾ ਚਾਹੀਦਾ। ਸੰਤਾਂ ਮਹਾਂਪੁਰਖਾਂ ਨੇ ਜਿੱਥੇ ਬੈਠ ਕੇ ਕਮਾਈ ਕੀਤੀ ਹੋਵੇ,
ਪਿੱਛੇ ਦੱਸਿਆ ਕਿ ਹਜ਼ਾਰਾਂ ਸਾਲ ਹੋਏ ਆ ਉਸ ਮਿੱਟੀ ਨੂੰ ਜਾ ਕੇ ਅਸੀਂ ਮੱਥੇ ਟੇਕਦੇ ਹਾਂ, ਉਹਨਾਂ ਤੀਰਥਾਂ 'ਤੇ ਜਾ ਕੇ ਅਸੀਂ ਇਸ਼ਨਾਨ ਕਰਦੇ ਹਾਂ। ਕਿਸ ਵਾਸਤੇ? ਕੋਈ ਫਾਇਦੇ ਵਾਸਤੇ ਕਰਦੇ ਹਾਂ, ਫਾਇਦੇ ਵਾਸਤੇ ਕਰਦੇ ਹਾਂ, ਹੋਰ ਜਗ੍ਹਾ ਕਿਉਂ ਨਹੀਂ ਕਰਦੇ ਹੈਗੇ? ਇਹ ਸਾਨੂੰ ਆਮ ਬੰਦਿਆਂ ਨੂੰ ਪਤਾ ਹੈ ਕਿ ਇੱਥੇ ਤਪੱਸਿਆ ਹੋਈ ਹੈ, ਇੱਥੇ ਮਿਹਨਤ ਦਾ ਕੰਮ ਹੋਇਆ, ਸਾਨੂੰ ਵੀ ਕੁਛ ਨਾ ਕੁਛ ਮਿਲ ਸਕਦਾ। ਜਾਂ ਆਸ਼ਾ ਤਾਂ ਬਾਸ਼ਾ ਐ ਕਰ ਲਈ ਯਿਸੂ ਮਸੀਹ ਨੇ ਕਿਹਾ ਸੀ ਕਿ ਤੁਸੀਂ ਮੇਰਾ ਦਰਵਾਜ਼ਾ ਖੜਕਾਓ, ਮੈਂ ਖੋਲਣ ਵਾਸਤੇ ਤਿਆਰ ਹਾਂ, ਤੁਸੀਂ ਮੈਨੂੰ ਆਵਾਜ਼ ਮਾਰੋ, ਮੈਂ ਬੋਲਣ ਵਾਸਤੇ ਤਿਆਰ ਹਾਂ। ਤੂੰ ਕੁਝ ਮੰਗ, ਮੈਂ ਦੇਣ ਵਾਸਤੇ ਤਿਆਰ ਹਾਂ। ਹੁਣ ਅਸੀਂ ਸੋਚੀਏ, ਅਸੀਂ ਮੜੀਆਂ ਮਸਾਣਾਂ 'ਤੇ ਜਾ ਕੇ ਮੰਗਾਂ ਮੰਗਦੇ ਹਾਂ, ਜਦ ਉਹਨਾਂ ਦੇ ਪਾਸ ਹੈ ਕੁਝ ਨਹੀਂ, ਸਾਨੂੰ ਕੀ ਦੇਣਗੇ? ਮਨੁੱਖਾ ਜਨਮ ਤੋਂ ਬੜਾ ਕਿਹੜਾ ਹੈ? ਅੰਦਰ ਕੋਈ ਨਹੀਂ, ਦਰਵਾਜ਼ਾ ਕੌਣ ਖੋਲੇਗਾ? ਆਵਾਜ਼ ਮਾਰੋਗੇ, ਕੌਣ ਬੋਲੇਗਾ? ਇਹ ਆਮ ਬੀਬੀਆਂ ਸ਼ਬਦ ਪੜ੍ਹਨੀਆਂ ਨੇ, ਸਤਿਗੁਰ ਜਾਗਦਾ ਹੈ ਦੇਹ ਹੋਣੀ ਇਹ ਮਾਲਣੇ ਨਹੀਂ, ਹੋਣੀ ਇਹ ਮਾਲਣੇ ਨਹੀਂ, ਸਤਿਗੁਰ ਜਾਗਦਾ ਹੈ ਦੇਹ। ਸ਼ਬਦ ਸਹੀ ਹੈ, ਸਾਡੇ ਪੜ੍ਹਨ ਵਿੱਚ ਕਸਰ ਰਹਿ ਜਾਏ ਜਾਂ ਮੰਨਣ ਵਿੱਚ ਰਹਿ ਜਾਏ ਉਹ ਵੱਖਰੀ ਗੱਲ ਹੈ। ਸਤਿਗੁਰ ਹਮੇਸ਼ਾ ਵਾਸਤੇ ਜਾਗਦਾ ਹੈ, ਉਹ ਹਮੇਸ਼ਾ ਵਾਸਤੇ ਸਾਨੂੰ ਦੇਖਦਾ ਹੈ। ਜਿਹਨੇ ਸੌਂ ਜਾਣਾ ਉਹਦਾ ਕੀ ਫਾਇਦਾ ਹੈਗਾ? ਇਸ ਵਾਸਤੇ ਐਤਵਾਰ ਦਾ ਦਿਨ, ਸਾਉਣ ਦਾ ਮਹੀਨਾ, ਸਾਰਿਆਂ ਨੂੰ ਮੇਰੀ ਤਰਫ ਤੋਂ ਬਹੁਤ ਬਹੁਤ ਪਿਆਰ, ਔਰ ਸਤਿਗੁਰ ਦਾ ਕੋਈ ਸਵਾਸ ਨਹੀਂ ਕੱਢਣਾ, ਜੋ ਮਰਜ਼ੀ ਹੋਵੇ, ਸੌਖਾ ਹੈ ਸੌਖਾ ਹੈ, ਗਰੀਬੀ ਹੈ ਮੇਰੀ ਹੈ, ਉਹ ਪਿਆਰ ਨਹੀਂ ਮਿਲਦਾ ਹੁੰਦਾ, ਉਹ ਸਭ ਕੁਝ ਮਿਲ ਜਾਂਦਾ, ਉੱਦਣ ਪਿਆਰ ਨਹੀਂ ਮਿਲਦਾ। ਮੇਰੀ ਤਰਫ ਤੋਂ ਸਾਰੀ ਸੰਗਤ ਨੂੰ ਬਹੁਤ ਬਹੁਤ ਪਿਆਰ, ਔਰ ਚੰਦ ਦਿਨ ਦੀ ਖੇਡ ਹੈ, ਕੋਈ ਗੱਲ ਨਹੀਂ। ਸਤਿਗੁਰ ਦੀ ਮੌਜ ਹੈ, ਅਸੀਂ ਉਹਦੀ ਮੌਜ ਨੂੰ ਮੰਨਣਾ। ਜਿੱਥੇ ਰੱਖੇ ਉੱਥੇ ਰਹਿਣਾ, ਜਿੱਥੇ ਬਿਠਾਏ ਉੱਥੇ ਪਹਿਣਾ, ਜੋ ਕਰਾਏ ਸੋ ਕਰਨਾ। ਨਾ ਆਪੇ ਅਸੀਂ ਕੁਝ ਕਰ ਸਕਦੇ ਹਾਂ, ਨਾ ਅਸੀਂ ਕਹਿ ਸਕਦੇ ਹਾਂ, ਕਰਨ ਕਰਾਉਣਾ ਮਾਲਕ ਹੈਗਾ। ਔਰ ਆਪਸ ਅੰਦਰ ਪਿਆਰ ਰੱਖਣਾ,
ਬਾਕੀ ਹੁਣ ਤੁਸੀਂ ਸਤਸੰਗ ਤੇ ਜਾਓ, ਮੇਰੀ ਤਰਫ ਤੇ ਸਾਰਿਆਂ ਨੂੰ ਬਹੁਤ ਬਹੁਤ ਪਿਆਰ।